ਇਹ ਆ ਜੀ ਢੰਡਾਰੀ ਜੰਕਸ਼ਨ, ਢੰਡਾਰੀ ਰੇਲਵੇ ਸਟੇਸ਼ਨ। ਇੱਥੋਂ ਟ੍ਰੇਨ ਲੈ ਕੇ ਆਪਾਂ ਜਾਵਾਂਗੇ ਓਲਡ ਦਿੱਲੀ, ਫਿਰ ਓਲਡ ਦਿੱਲੀ ਤੋਂ ਜਾਵਾਂਗੇ ਆਪਾਂ ਗੁਜਰਾਤ ਅਹਿਮਦਾਬਾਦ ਜੀ। When I wake up, I feel cozy, yeah. Can you hold up? Don't need no coffee yet. I've got no makeup. How do you look so fine? Bust up, bust up. ਇਹ ਆ ਜੀ ਰਿਵਰ ਫਰੰਟ, ਸਾਬਰਮਤੀ ਨਦੀ ਜੀ। ਅਹਿਮਦਾਬਾਦ ਸ਼ਹਿਰ ਦੀ ਸ਼ਾਨ ਆ ਜੀ ਇਹ। ਫੈਜ਼ਨ ਇੰਗਲਿਸ਼ ਸਕੂਲ ਆ ਅਹਿਮਦਾਬਾਦ ਦੇ ਵਿੱਚ, ਦੇਖੋ ਕਿੰਨਾ ਸੋਹਣਾ ਆ, ਇੱਦਾਂ ਲੱਗਦਾ ਜਿਵੇਂ ਮਸਜਿਦ ਹੁੰਦੀ ਆ। ਇਹ ਆ ਜੀ ਅਹਿਮਦਾਬਾਦ ਰੇਲਵੇ ਸਟੇਸ਼ਨ। ਸਵੇਰ ਦਾ ਟਾਈਮ ਆ ਤਕਰੀਬਨ 6:30 ਦਾ, ਅਸੀਂ ਉਤਰ ਚੁੱਕੇ ਹਾਂ ਅਹਿਮਦਾਬਾਦ ਜੀ। ਚੱਲਦੇ ਹਾਂ ਅੱਜ ਅਹਿਮਦਾਬਾਦ ਸਿਟੀ ਨੂੰ, ਘੁੰਮਾਂਗੇ ਆਪਾਂ ਸਾਰਾ ਦਿਨ। ਬਣੇ ਰਹੋ ਸਾਡੇ ਨਾਲ ਜੀ, ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਜੀ। ਇਹ ਬਜ਼ੁਰਗ ਆ ਰਹੇ ਚਾਹ ਬਣਾਉਂਦਾ ਆ, ਇਹਨੇ ਆਪਣੀ ਪਲੇਟ ਇਹਦੇ ਵਿੱਚ ਪਾ ਕੇ ਪੀਓ, ਜਿਵੇਂ ਜੇਠਾ ਲਾਲ ਪੀਂਦਾ ਹੁੰਦਾ ਨਾ ਉਵੇਂ ਪੀਣੀ ਇਹਦੇ ਵਿੱਚ। ਅਸੀਂ ਜੇਠਾ ਲਾਲ ਨੂੰ ਦੇਖ ਕੇ ਹੀ ਗੁਜਰਾਤ ਘੁੰਮਣ ਆਏ ਆ, ਜਿਹਨੇ ਜੇ ਜੇਠਾ ਲਾਲ ਨੂੰ ਦੇਖਦੇ ਨਾ ਹੁੰਦੇ ਸ਼ਾਇਦ ਹੋਰ ਲੇਟ ਆਉਂਦੇ ਘੁੰਮਣ, ਪਰ ਹੁਣ ਅਸੀਂ ਘੁੰਮਣ ਆਏ ਆ ਜੇਠਾ ਲਾਲ ਦੇ ਸ਼ਹਿਰ ਅਹਿਮਦਾਬਾਦ ਦੇ ਵਿੱਚ ਗੁਜਰਾਤ 'ਚ ਜੀ, ਚਾਹ ਪੀਣ ਲੱਗੇ। ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਵਿਜ਼ਿਟ ਕਰਾਂਗੇ ਅਹਿਮਦਾਬਾਦ ਨੂੰ, ਇੱਥੇ ਅਸੀਂ ਆਏ ਹੋਏ ਹਾਂ। ਜੇਕਰ ਤੁਸੀਂ ਇੱਥੇ ਦੇ ਪਲੇਸਿਸ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਅਸੀਂ ਪੂਰੀ ਪਲੇਲਿਸਟ ਬਣਾਵਾਂਗੇ ਇਹਦੀ, ਤਾਂ ਤੁਸੀਂ ਉਹਨੂੰ ਜਾ ਕੇ ਜ਼ਰੂਰ ਦੇਖਿਓ। ਅਹਿਮਦਾਬਾਦ ਸ਼ਹਿਰ ਦੇ ਵਿੱਚ ਨਾ ਅਹਿਮਦਾਬਾਦ ਦੇਖੋ ਇੱਕ ਬੱਸ ਚੱਲਦੀ ਆ, ਅੱਜ ਆਪਾਂ ਉਸ ਬੱਸ ਦਾ ਸਫ਼ਰ ਕਰਾਂਗੇ ਜੀ, ਉਸ ਬੱਸ ਨੂੰ ਘੁੰਮਾਂਗੇ। ਆਪਾਂ ਚੱਲਦੇ ਹਾਂ ਪਹਿਲਾਂ ਗਾਂਧੀ ਆਸ਼ਰਮ ਦੇ ਵਿੱਚ ਜੀ, ਗਾਂਧੀ ਬਾਪੂ ਜੀ ਦੇ ਆਸ਼ਰਮ ਨੂੰ ਜੀ। ਇਹਦੇ ਬਿਲਕੁਲ ਸਾਹਮਣੇ ਉਹ ਬੱਸ ਚੱਲਦੀ ਆ, ਤੁਹਾਨੂੰ ਸਾਰੀ ਲੋਕੇਸ਼ਨ ਦਿਖਾਵਾਂਗੇ ਜੀ, ਬਣੇ ਰਹੋ ਸਾਡੇ ਚੈਨਲ ਤੇ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ, ਤੇ ਜੇ ਵੀਡੀਓ ਵਧੀਆ ਲੱਗੂਗੀ ਤਾਂ ਕਮੈਂਟ ਕਰਕੇ ਕਮੈਂਟ ਵਿੱਚ ਲਾਈਕ ਤੇ ਨਾਲ ਲਾਈਕ ਦਾ ਬਟਨ ਦਬਣਾ ਨਾ ਭੁੱਲਿਓ ਜੀ। ਆ ਜਾਓ ਆਪਾਂ ਚੱਲਦੇ ਹਾਂ ਜੀ। ਸਾਹਮਣੇ ਹੈ ਜੀ ਸਾਬਰਮਤੀ ਆਸ਼ਰਮ, ਬਾਪੂ ਗਾਂਧੀ ਜੀ ਦਾ ਆਸ਼ਰਮ ਬਣਿਆ ਹੋਇਆ ਜੀ। ਤੇ ਇਸ ਸਾਈਡ ਜਿਹੜੀ ਤੁਹਾਨੂੰ ਬੱਸ ਦੱਸੀ ਹੈ ਅਹਿਮਦਾਬਾਦ ਘੁਮਾਉਣ ਵਾਲੀ, ਉਹ ਇੱਥੇ ਆ ਕੇ ਰੁਕਦੀ ਹੈ ਜੀ। ਆਓ ਚੱਲਦੇ ਹਾਂ ਆਸ਼ਰਮ ਦੇ ਅੰਦਰ ਨੂੰ ਜੀ, ਜੇ ਵੀਡੀਓਗ੍ਰਾਫੀ ਅਲਾਊਡ ਹੋਈ ਤਾਂ ਆਪਾਂ ਜ਼ਰੂਰ ਬਣਾਵਾਂਗੇ ਜੀ। ਸਾਬਰਮਤੀ ਆਸ਼ਰਮ ਬਾਪੂ ਗਾਂਧੀ ਜੀ ਸਮਾਰਕ ਸੰਗ੍ਰਹਾਲਿਆ, ਬਾਪੂ ਗਾਂਧੀ ਜੀ ਦਾ ਚਰਖਾ, ਟਾਈਮ ਰੋਡ, ਆਓ ਚੱਲਦੇ ਹਾਂ ਜੀ। ਭਾਅ ਜੀ ਜਦੋਂ ਸਾਬਰਮਤੀ ਆਸ਼ਰਮ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਇੱਧਰ ਗਾਂਧੀ ਜੀ ਦੇ ਤਿੰਨ ਬਾਂਦਰ ਸਟੈਚੂਜ਼ ਲਗਾਏ ਹੋਏ ਨੇ। ਕਹਿੰਦੇ ਬੁਰਾ ਮਤ ਬੋਲੋ, ਬੁਰਾ ਮਤ ਦੇਖੋ ਅਤੇ ਬੁਰਾ ਮਤ ਸੁਣੋ, ਇਹ ਤਿੰਨੇ ਨਾ ਫਰੰਟ ਦੇ ਉੱਤੇ ਬਣੇ ਹੋਏ ਨੇ ਜੀ। ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹੀ ਜ਼ਿਆਦਾ ਪਲਾਂਟਸ ਲਗਾਏ ਹੋਏ ਨੇ। ਇਸ ਆਸ਼ਰਮ ਦੇ ਵਿੱਚ ਨਾ ਮਿਊਜ਼ੀਅਮ ਬਣੇ ਹੋਏ ਨੇ, ਉਹ ਮਿਊਜ਼ੀਅਮ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਦਾ ਆ, ਇਹ ਟਾਈਮਿੰਗ ਤੁਸੀਂ ਪੜ੍ਹ ਸਕਦੇ ਹੋ। ਜੇਕਰ ਤੁਸੀਂ ਇਸ ਨੂੰ ਬਾਹਰੋਂ ਬਾਹਰੋਂ ਘੁੰਮਣਾ ਚਾਹੁੰਦੇ ਹੋ, ਮਿਊਜ਼ੀਅਮ ਨਹੀਂ ਦੇਖਣੇ, ਤਾਂ ਇਹ ਆਸ਼ਰਮ ਤੁਸੀਂ ਮੋਰਨਿੰਗ 8 ਵਜੇ ਤੋਂ ਘੁੰਮ ਸਕਦੇ ਹੋ ਜੀ ਇਹਨੂੰ, ਕਿਉਂਕਿ ਇਹ ਓਪਨ ਹੁੰਦਾ ਆ। ਇਹ ਸਾਹਮਣੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲੱਗੀ ਹੋਈ ਆ। ਸਾਬਰਮਤੀ ਆਸ਼ਰਮ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਸਾਬਰਮਤੀ ਆਸ਼ਰਮ ਲਿਖਿਆ ਗਿਆ ਜੀ। ਆਓ ਦੇਖਦੇ ਹਾਂ ਜੀ, ਇਹ ਫੁੱਲ ਮੈਪ ਹੈ, ਤੁਸੀਂ ਦੇਖ ਸਕਦੇ ਹੋ ਗਾਂਧੀ ਆਸ਼ਰਮ ਸਾਈਟ ਮੈਪ। ਆਓ ਚੱਲਦੇ ਹਾਂ ਜੀ ਅੱਗੇ ਨੂੰ, ਤੁਸੀਂ ਦੇਖ ਸਕਦੇ ਹੋ ਇੱਥੇ ਸਾਈਨ ਬੋਰਡ ਲੱਗਿਆ ਹੋਇਆ, ਮਿਊਜ਼ੀਅਮ, ਲਾਇਬ੍ਰੇਰੀ, ਬੁੱਕ ਸਟਾਲ, ਪਬਲਿਕ ਯੂਟਿਲਿਟੀ, ਇੱਧਰ ਦੇਖ ਸਕਦੇ ਹੋ।
ਇੱਧਰ ਚੱਲਦੇ ਹਾਂ ਜੀ, ਆਓ। ਇਹ ਹੈ ਜੀ ਮਿਊਜ਼ੀਅਮ। ਇਹ ਨਾ ਮਿਊਜ਼ੀਅਮ ਦੇ ਵਿੱਚ ਗਾਂਧੀ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਸਾਰੇ ਮਿਊਜ਼ੀਅਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ। Mr. Gandhi declared, I'm going against British. Those who want to come with me, those who want to join with me, Mr. Gandhi, make a group. 73 people was joined with him. 72 was his young boss. 1.9. ਗਾਂਧੀ ਨੇ ਜਿਵੇਂ ਜਿਵੇਂ ਅੰਦੋਲਨ ਕੀਤੇ ਸੀ ਉਵੇਂ ਉਵੇਂ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਲਾਈਆਂ ਹੋਈਆਂ ਨੇ ਜੀ। ਤਸਵੀਰਾਂ ਦੇ ਜ਼ਰੀਏ ਜਿਹੜਾ ਉਹ ਸਮਾਂ ਸੀ ਉਹਨੂੰ ਦਰਸਾਇਆ ਗਿਆ ਜੀ ਇਸ ਮਿਊਜ਼ੀਅਮ ਦੇ ਵਿੱਚ। ਥੱਲੇ ਲਿਖਿਆ ਵੀ ਹੋਇਆ, ਤੁਸੀਂ ਪੜ੍ਹ ਸਕਦੇ ਹੋ। ਜਦੋਂ ਵੀ ਤੁਸੀਂ ਕਦੇ ਅਹਿਮਦਾਬਾਦ ਸ਼ਹਿਰ ਆਓ ਤਾਂ ਇਸ ਗਾਂਧੀ ਆਸ਼ਰਮ ਨੂੰ, ਸਾਬਰਮਤੀ ਆਸ਼ਰਮ ਨੂੰ ਜ਼ਰੂਰ ਵਿਜ਼ਿਟ ਕਰਿਓ ਜੀ। But if I explain you, it's not written. Okay? Please. When Mr. Gandhi was in Africa, when Mr. Gandhi was in India, so everybody said to Gandhi, Gandhi, you can do for us. The British put a tax on us salt. What can we eat? Gandhi said, why they put a tax? People said, sir, we don't know anything, but British put a tax on us salt. If we eat a food, we have to pay a tax. So Gandhi said, write a letter to me. So to Gandhi stamp and the letter goes to Gandhi where he is. Her face is her address. The 19th century first man who make her address on her own face. Gandhi India, Gandhi India, Gandhi New Delhi, Gandhi, Gandhi. He's in Delhi, Bombay, Calcutta, Bangladesh, Sri Lanka, Pakistan, Afghanistan, where he is, the letter goes to. Wherever he is. No home number, no street number, nothing. But one British has write a letter to Mahatma Gandhi about 17 mile far. Please come on this side. ਡਾਂਡੀ ਮਾਰਚ ਹੋਇਆ ਸੀ, ਜਿਵੇਂ ਆਪਾਂ ਨੂੰ ਪਤਾ ਗਾਂਧੀ ਜੀ ਦਾ ਸਭ ਤੋਂ ਫੇਮਸ ਸਾਰੀਆਂ ਸਨੈਪਸ ਨੇ ਉਹ ਮਾਰਚ ਸੀ ਜੀ। ਉਹ ਇਸ ਸਾਈਡ ਹੈ ਜੀ ਪੇਂਟਿੰਗ ਐਗਜੀਬਿਸ਼ਨ। ਇਸ ਜਗ੍ਹਾ ਉੱਪਰ ਇਸ ਵਾਲ 'ਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਵਿਜ਼ਿਟਰ ਇਸ ਸਾਬਰਮਤੀ ਆਸ਼ਰਮ ਵਿੱਚ ਆਏ ਹੋਏ ਹਨ ਉਹਨਾਂ ਨੂੰ ਇੱਥੇ ਡਿਸਪਲੇ ਕੀਤਾ ਹੋਇਆ ਜੀ। ਤੁਸੀਂ ਆ ਕੇ ਜ਼ਰੂਰ ਦੇਖਿਓ ਜੀ। ਇਸ ਸਾਬਰਮਤੀ ਆਸ਼ਰਮ ਨੂੰ ਇੱਕ ਬੰਗਲਾਦੇਸ਼ ਦੇ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਸੀ ਜੀ। ਬਹੁਤ ਹੀ ਵਧੀਆ ਆਸ਼ਰਮ ਬਣਾਇਆ ਹੋਇਆ ਜੀ। ਤੁਸੀਂ ਇੱਥੇ ਕਾਫੀ ਨੌਲੇਜ ਲੈ ਸਕਦੇ ਹੋ ਗਾਂਧੀ ਜੀ ਦੇ ਬਾਰੇ, ਉਹਨਾਂ ਨੇ ਕੀ ਅੰਦੋਲਨ ਚਲਾਏ, ਸਾਰੀ ਜਾਣਕਾਰੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਜੀ। ਆ ਜਾਓ, ਤੁਹਾਨੂੰ ਚਰਖਾ ਦਿਖਾਉਂਦੇ ਹਾਂ ਕਿੰਨਾ ਵੱਡਾ ਆ ਚਰਖਾ। ਆ ਜਾਓ, ਆਹ ਦੇਖੋ ਤੁਸੀਂ ਚਰਖੇ ਦਾ ਸਾਈਜ਼ ਦੇਖੋ ਜੀ। ਤੁਸੀਂ ਕਿੰਨਾ ਵੱਡੇ ਸਾਈਜ਼ ਦਾ ਚਰਖਾ ਹੈ ਜੀ ਇਹ। ਗਾਂਧੀ ਜੀ ਇੰਟਰੈਕਟਿੰਗ ਵਿਦ ਚਿਲਡਰਨਸ, ਤੁਸੀਂ ਕਾਫੀ ਐਗਜੀਬਿਸ਼ਨ ਦੇ ਦੁਆਰਾ ਗਾਂਧੀ ਜੀ ਬਾਰੇ ਕਾਫੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਸਰਦਾਰ ਵੱਲਭ ਭਾਈ ਜੀ ਪਟੇਲ, ਇਹਨਾਂ ਦੀ ਜਿਹੜੀ ਸਟੈਚੂ ਲੱਗੀ ਹੋਈ ਹੈ ਸਟੈਚੂ ਆਫ ਯੂਨਿਟੀ,
ਉਹਨੂੰ ਵੀ ਅਸੀਂ ਇੱਕ ਦਿਨ ਜ਼ਰੂਰ ਕਵਰ ਕਰਾਂਗੇ ਜੀ। ਤੁਸੀਂ ਦੇਖ ਸਕਦੇ ਹੋ ਆਸ਼ਰਮ ਦੇ ਵਿੱਚ ਬਹੁਤ ਹੀ ਸੁੰਦਰ ਛੋਟੀ ਜਿਹੀ ਬਗੀਚੀ ਬਣਾਈ ਹੋਈ ਹੈ ਜੀ। ਤੁਸੀਂ ਦੇਖੋ ਰੇ ਪੰਛੀਆਂ ਦੀਆਂ ਨਾ ਆਵਾਜ਼ਾਂ ਆਉਂਦੀਆਂ ਨੇ, ਚਹਚਹਾਉਂਦੇ ਪੰਛੀਆਂ ਦੀਆਂ, ਪੰਛੀਆਂ ਦੇ ਬੋਲਦੇ ਆਉਂਦੀਆਂ। ਬਹੁਤ ਸੋਹਣਾ ਇਹ ਆਸ਼ਰਮ ਬਣਿਆ ਹੋਇਆ ਜੀ। ਜਦੋਂ ਵੀ ਕਦੇ ਗੁਜਰਾਤ ਤੁਸੀਂ ਆਵੋ ਵਿਜ਼ਿਟ ਕਰੋ ਤਾਂ ਇਸ ਆਸ਼ਰਮ ਨੂੰ ਜ਼ਰੂਰ ਘੁੰਮਿਓ ਜੀ। ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ। ਇਹ ਆਸ਼ਰਮ ਦੇ ਬੈਕ ਸਾਈਡ ਜੀ ਬਣੇ ਹੋਏ ਨੇ ਵਾਸ਼ਰੂਮ। ਇਸ ਸਾਈਡ ਦੇਖ ਸਕਦੇ ਹੋ ਸਾਹਮਣੇ ਸਾਬਰਮਤੀ ਨਦੀ ਹੈ ਜੀ। ਬਹੁਤ ਹੀ ਸ਼ਾਂਤੀ ਹੈ ਇਸ ਜਗ੍ਹਾ ਤੇ। ਇਹ ਦੇਖੋ ਕਬੂਤਰ ਦਾਣਾ ਚੁਗ ਰਹੇ ਨੇ। ਇੱਕ ਗੱਲ ਤੁਸੀਂ ਹੋਰ ਦੇਖੋ ਰੇ ਸਾਬਰਮਤੀ ਨਦੀ ਦੇ ਕੰਢੇ ਦੇ ਉੱਤੇ, ਇਹ ਆਸ਼ਰਮ ਦੇ ਵਿੱਚ ਨਾ ਸਿੱਧੀ ਸੂਰਜ ਦੀ ਧੁੱਪ ਪੈਂਦੀ ਆ, ਜਾਣੀ ਸੂਰਜ ਸਿੱਧਾ ਤੁਸੀਂ ਦੇਖ ਸਕਦੇ ਹੋ, ਬਹਿ ਸਕਦੇ ਹੋ। ਜਾਣੀ ਕਈ ਸਾਨੇ ਇਸ਼ਨਾਨ ਵੀ ਕਰਦੇ ਨੇ ਹਨਾ, ਉਹ ਵੀ ਤੁਸੀਂ ਇਸ ਜਗ੍ਹਾ ਦੇ ਉੱਤੇ ਕਰ ਸਕਦੇ ਹੋ। ਜਾਣੀ ਸੂਰਜ ਮੱਥੇ ਲੱਗਦਾ ਆ, ਬਹੁਤ ਸੋਹਣਾ ਲੱਗਦਾ ਆ ਜੀ। ਪੰਛੀ ਨੇ ਦੇਖੋ ਲੋਕ ਦਾਣਾ ਪਾ ਰਹੇ ਨੇ ਇਸ ਜਗ੍ਹਾ ਦੇ ਉੱਤੇ, ਪੰਛੀਆਂ ਨੂੰ ਕਈ ਬੰਦੇ ਸੈਰ ਕਰਦੇ ਨੇ ਇਸ ਜਗ੍ਹਾ ਦੇ ਉੱਤੇ ਜੀ। ਬਹੁਤ ਸੋਹਣੀ ਇਹ ਜਗ੍ਹਾ ਬਣੀ ਹੋਈ ਆ ਜੀ। ਚੱਲਦੇ ਹਾਂ ਅੱਗੇ ਨੂੰ ਜੀ। ਉਪਾਸਨਾ ਮੰਦਿਰ ਤੁਸੀਂ ਦੇਖ ਸਕਦੇ ਹੋ ਜੀ, ਪ੍ਰਾਰਥਨਾ ਭੂਮੀ। ਇੱਥੇ ਨਾ ਜੋੜਾ ਉਤਾਰਨਾ ਪੈਂਦਾ ਆ, ਬੂਟ ਵਗੈਰਾ ਜੁੱਤੀ ਵਗੈਰਾ ਉਹਦੇ ਉਤਾਰ ਕੇ ਨਾ ਫਿਰ ਤੁਸੀਂ ਅੰਦਰ ਜਾ ਸਕਦੇ ਹੋ। ਸਾਊਥ ਅਫਰੀਕਾ ਦੇ ਜਦ ਬਾਬਾ ਸਾਹਿਬ ਗਾਂਧੀ ਜੀ ਤਾਂ ਪਹਿਲਾਂ ਆਸ਼ਰਮ ਕੋਤਰਾ ਗਾਂਵ ਥਾਇਆ ਸੀ 7 ਕਿਲੋਮੀਟਰ, ਵਾਂ ਕਿਰਾਏ ਪੇ ਰੁਕੇ, ਵਾਂ ਪਲੇਗ ਕਾ ਰੋਗ ਚਲਾ, ਇਸ ਲਈ ਗਾਂਧੀ ਜੀ ਨੇ ਇਹ ਜਗ੍ਹਾ ਪਸੰਦ ਕੀਆ। 1915 ਮੈਂ ਆ ਗਏ, 17 ਮੈਂ ਚੰਪਾਰਨ ਕੇ ਲਈ ਨਿਕਲ ਗਏ ਬਿਹਾਰ। ਅੱਛਾ ਜੀ। 18 ਮੈਂ ਜਬ ਵਾਪਸ ਆਏ ਤਬ ਇਹ ਮਕਾਨ ਬਣ ਗਿਆ ਥਾ। ਅੱਛਾ ਜੀ। ਮਕਾਨ ਕੀ ਡਿਜ਼ਾਈਨ ਇਨਕੇ ਭਤੀਜੇ ਕੀ ਹੈ, ਮਗਨ ਲਾਲ ਗਾਂਧੀ। ਅੱਛਾ। ਗਾਂਧੀ ਜੀ ਅਸੀਂ 12 ਸਾਲ ਰੁਕੇ, 1918 ਸੇ 1930 ਤੱਕ। ਅੱਛਾ ਜੀ। ਇਸ ਲਈ ਕਾਕਾ ਸਾਹਿਬ ਕਾਲੇਕਰ ਨੇ ਮਕਾਨ ਕਾ ਨਾਮ ਹਿਰਦੇ ਕੁੰਜ ਰੱਖਾ। ਹਿਰਦੇ ਕੁੰਜ। ਹਿਰਦੇ ਕੁੰਜ। ਹਿਰਦੇ ਵੀ ਬੰਦ। ਅੱਛਾ। ਹਿਰਦੇ ਕੁੰਜ। ਰਾਸ਼ਟਰੀ ਅੰਤਰਰਾਸ਼ਟਰੀ ਨੇਤਾ ਇਹ ਸਭ ਮਿਲਨੇ ਕਰੇ ਤੋ ਮੋਹਨ ਮਸੇ ਮਾਤਮਾ ਬਣੇ। ਇਹ ਬਾਰ ਵਾਲਾ ਇੱਕ ਕਮਰਾ ਹੈ, ਬੈਠਕ ਰੂਮ ਸੋਨੇ ਕਾ, ਮੀਟਿੰਗ ਰੂਮ ਇੱਕ ਹੀ ਕਮਰਾ ਥਾ। ਵਾਂ ਸੇ ਅੰਦੋਲਨ ਸ਼ੁਰੂ ਹੁਆ। ਅੱਛਾ ਜੀ। ਤੋ ਵਾਂ ਸਭ ਨੇਤਾ ਬੈਠਤੇ ਥੇ, ਸਰਦਾਰ ਵੱਲਭ ਭਾਈ ਪਟੇਲ, ਸੁਭਾਸ਼ ਚੰਦਰ ਬੋਸ, ਸਭ ਬੈਠ ਕੇ ਵਾਂ ਪੇ ਮੀਟਿੰਗ ਹੁਆ ਥਾ। ਅੱਛਾ ਜੀ। ਆਗੇ ਖੁੱਲਾ ਮੈਦਾਨ ਆਏਗਾ ਪ੍ਰੇਅਰ ਪ੍ਰਾਰਥਨਾ ਭੂਮੀ। ਵਾਂ ਸੇ 30ਵੇਂ ਨਮਕ ਅੰਦੋਲਨ ਸ਼ੁਰੂ ਹੁਆ, ਡਾਂਡੀ ਯਾਤਰਾ। ਅੱਛਾ ਜੀ। ਤੋ ਪ੍ਰਤਿਜ੍ਞਾ ਲੈ ਕੇ ਨਿਕਲੇ ਥੇ, ਆਜ਼ਾਦੀ ਮਿਲੇਗਾ ਤੋ ਵਾਪਸ ਲੋਟੂੰਗਾ। ਅੱਛਾ। ਲੇਕਿਨ ਕਲਾੜੀ ਮੇ ਧਰਪਕੜ ਹੋ ਗਈ ਤੋ 5 ਸਾਲ ਕੇ ਲਈ ਆਗਾ ਖਾਨ ਪੈਲੇਸ ਮੇ ਬੰਦ ਕਰ ਦਿਆ, ਪੂਨੇ ਮੇ। ਅੱਛਾ ਜੀ। ਵਾਂ ਸਭ ਨਜ਼ਰ ਕੈਦ ਕੀਆ ਹੁਆ ਥਾ। ਤੋ ਵਾਂ 3 ਸਾਲ ਮੇ 2 ਡੇਟ ਹੋ ਗਈ, ਕਸਤੂਰਬਾ ਔਰ ਮਧੇ ਬੇਦੀ ਸਾਹਿਬ। ਅੱਛਾ ਜੀ। ਵਾਂ ਸੇ ਗਾਂਧੀ ਜੀ ਕੋ 2 ਸਾਲ ਪਹਿਲੇ ਹੀ ਛੋੜ ਦਿਆ। ਅੱਛਾ ਜੀ। ਤੋ ਸੇਵਾਗ੍ਰਾਮ ਚਲੇ ਗਏ ਨਾਗਪੁਰ ਕੇ ਪਾਸ। ਅੱਛਾ। ਵਾਂ ਉਹਨੇ ਖੁਦ ਆਸ਼ਰਮ ਬਣਾਇਆ, ਪੂਰਾ ਮਿੱਟੀ ਕਾ ਬਣਾ ਹੋਇਆ। ਅੱਛਾ ਜੀ। ਯਹਾਂ ਕੇ ਜੋ 5 ਬਿਲਡਿੰਗ ਬਣਾ ਹੋਇਆ ਇਨਕੇ ਭਤੀਜੇ ਕੀ ਡਿਜ਼ਾਈਨ ਹੈ। ਅੱਛਾ ਜੀ। ਵਾਂ 9 ਸਾਲ ਰੁਕੇ, ਇਸਕੇ ਬਾਅਦ 42 ਮੇ ਉਹ ਬੰਬੇ ਚਲੇ ਗਏ ਮਣੀ ਭਵਨ। ਅੱਛਾ ਜੀ। 44 ਮੇ ਦਿੱਲੀ ਗਏ। ਅੱਛਾ ਜੀ। 47 ਮੇ ਜਬ ਆਜ਼ਾਦੀ ਮਿਲੀ ਤਬ ਕਲਕੱਤੇ ਮੇ ਥੇ। ਅੱਛਾ ਜੀ। 48 ਮੇ ਜਬ ਵਾਪਸ ਦਿੱਲੀ ਆਏ ਤਬ ਨਾਥੂਰਾਮ ਗੋਡਸੇ ਨੇ ਗੋਲੀ ਲਗਾਇਆ ਬਿਰਲਾ ਹਾਊਸ ਮੇ। ਅੱਛਾ। ਤੋ 30 ਕੇ ਬਾਅਦ ਯਹਾਂ ਵਾਪਸ ਨਹੀਂ ਆਏ। 1930 ਤੋਂ ਬਾਅਦ ਉਰੇ ਵਾਪਸ ਨਹੀਂ ਆਏ। ਅੱਛਾ ਜੀ। ਇਹ ਮਕਾਨ ਮੇ ਕੁਝ ਬਦਲਾਵ ਆਣੇ ਸੀ, ਪੇਂਟ ਕਰਤੇ ਹੈ, ਪੱਥਰ ਖਿੜਕੀ ਦਰਵਾਜ਼ਾ ਸਭ ਹੋਈ ਹੈ। ਅੱਛਾ। ਸਿਰਫ ਪੇਂਟ ਕਰਦੇ ਹੋ, ਪੇਂਟ ਕਰਦੇ ਹੋ, ਔਰ ਉਵੇਂ ਚੀਜ਼ਾਂ ਸਾਂਭੀਆਂ ਬਣਾ ਬੈਸ ਸਹੀ ਰੱਖਾ ਹੋਇਆ ਹੈ। ਅੱਛਾ ਜੀ। ਇਤਨੇ ਮੇ ਇਹ ਰਸੋਈ ਘਰ ਤਾਂ ਗਾਂਧੀ ਜੀ ਕਾ, ਇਤਨੇ ਮੇ ਜਿਤਨਾ 30 ਸੇ 35 ਲੋਕ ਰਹਿ ਰਹੇ ਥੇ। ਅੱਛਾ ਜੀ। ਤੋ ਇਨਸੇ ਵੀ ਜਾਸਤੀ ਲੋਕ ਹੁਆ ਤੋ ਸਾਹਮਣੇ ਵਾਲੀ ਉਦਯੋਗ ਮੰਦੀ ਬਿਲਡਿੰਗ ਹੈ ਵਾਂ ਪੇ ਲੈ ਗਏ ਰਸੋਈ ਘਰ। ਅੱਛਾ ਜੀ। ਇਸਕੇ ਇੱਕ ਬਗਲ ਵਾਲੀ ਬਿਲਡਿੰਗ ਹੈ ਨੰਦਿਨੀ ਕੇ ਸੂ, ਮਕਾਨ ਕਾ ਨਾਮ ਦਿਆ ਥਾ। ਅੱਛਾ ਜੀ। ਯਹਾਂ ਜੋ ਦੇਸ਼ ਵਿਦੇਸ਼ੀ ਨੇਤਾ ਲੋਕ ਆਤੇ ਸਭ ਵਾਂ ਰੁਕਾ ਹੋ। ਅੱਛਾ। ਤੋ ਮਕਾਨ ਕਾ ਨਾਮ ਨੰਦਿਨੀ ਦਿਆ, ਇੱਕ ਛੋਟੀ ਕੁਟੀਆ, ਇੱਕ ਕੁਟੀ ਕਾ 2 ਨਾਮ ਦਿਆ। ਅੱਛਾ ਜੀ। ਵਿਨੋਬਾ ਕੁਟੀ, ਮੀਰਾ ਕੁਟੀ। ਅੱਛਾ ਜੀ। ਵਿਨੋਬਾ ਬਾਵੇ 3 ਸਾਲ ਰੁਕੇ, 18 ਸੇ 21, ਇਸਕੇ ਬਾਅਦ ਪੁਨਾ ਚਲੇ ਗਏ ਥੇ। ਬਾਅਦ ਮੇ ਰੋਮਾ ਰੋਲਾ ਕਾ ਪੁਸਤਕ ਪੜ੍ਹ ਕੇ ਇੱਕ ਲੜਕੀ ਹੋਈ ਥੀ, ਕੁਮਾਰੀ ਮੈਡਲਿਨ ਸਪਲੇਨ। ਅੱਛਾ ਜੀ। ਉਹ ਤੇ ਇੰਗਲੈਂਡ ਕੀ ਥੀ। ਅੱਛਾ ਜੀ। ਉਹ 25 ਸੇ 33 ਤੱਕ ਰੁਕੀ, 8 ਸਾਲ। ਅੱਛਾ। ਤਬ ਇਸਕਾ ਨਾਮ ਗਾਂਧੀ ਜੀ ਨੇ ਗੁਜਰਾਤੀ ਦਿਆ ਥਾ, ਮੀਰਾ। ਅੱਛਾ। ਤੋ 3 ਸਾਲ ਕੇ ਬਾਅਦ ਦਿਆ ਸੀ ਇਨਕੀ, ਇਹ ਵਾਲਾ ਰਜ਼ਈ ਕੁੰਜ, ਆਗੇ ਇਨਕੇ ਭਤੀਜੇ ਕਾ ਮਕਨ ਮਗਨ ਲਾਲ ਗਾਂਧੀ। ਅੱਛਾ ਜੀ। ਤੋ ਉਹਨਾਂ ਨੇ ਸਭ ਡਿਜ਼ਾਈਨ ਬਣਾ ਹੋਇਆ ਹੈ। ਅੱਛਾ। ਲੇਕਿਨ ਉਹ 28ਵੇਂ ਮਰ ਗਏ, ਅੰਦੋਲਨ 30ਵੇਂ ਔਰ 2 ਸਾਲ ਪਹਿਲੇ ਮਰੇ। ਤੋ ਵਾਂ 6 ਮਹੀਨੇ ਰੁਕੇ ਦੇ ਗਾਂਧੀ ਜੀ, ਲੇਕਿਨ ਅਭੀ ਚਰਖਾ ਗੈਲਰੀ ਬਣਾਏ। ਅੱਛਾ। ਇਸਕੇ ਆਹ ਹੋਇਆ ਚਰਖਾ ਗੈਲਰੀ ਸਾਹਮਣੇ, ਜਮੈਂਟੋ ਸੇ। ਹਾਂਜੀ ਹਾਂਜੀ।
इसके आगे म्यूजियम वो पूरा नया बना हुआ है। ठीक है जी। इसमें जब गांधी जी अहमदाबाद में जो जो लोगों ने काम किया इन लोगों का फोटो लगा हुआ है। ठीक है जी। बीच वाली गैलरी ऑयल पेंट वाली, यहाँ से नमक आंदोलन स्टार्ट हुआ इन लोगों का है। एंड वाली गैलरी माई लाइफ ही माई मैसेज वाली, वो बचपन से एंड तक है। तो जन्मस्थान पोरबंदर, एक कर्मभूमि, पढ़ाई राजकोट में किया, मैट्रिक पास जामनगर गया समरदास कॉलेज, जिसके बाद तो विलायती निकल गए थे, तो सब जगह भी घूमे, लेकिन ज़्यादा टाइम साउथ अफ्रीका में रुके। दोनों देख सकते हैं जनी, दो हाउस बने हुए ने, दो घर बने हुए ने जी। ये एक जनी घर नू दो नाम दते गए हुए ने। यह बहुत बड़ा आश्रम बनया हुआ जी, बहुत ज्यादा जगह जी, ये बहुत खुला डुला आश्रम बनया हुआ जी। इस जगह भी देखो पंछी दाणा चुगते ने, इस जगह के सामने सबने मिलके विजिट कर लिया है गांधी जी आश्रम, बापू गांधी जी दे आश्रम, साबरमती आश्रम नो। तुहानू वीडियो किवें लगी कमेंट करके जरूर दस्यो, कमेंट जरूर करया करो, साडा हौसला वधाया करो। अज आपां इस तों बाद अहमदाबाद देखो जिहड़ी बस चलदी आ, आपां उहदा सफर करांगे। जणी पूरे इस प्लेलिस्ट दे विच साडे नाल बने रहो जी। वीडियो नूं लाइक कर दे, चैनल सबसक्राइब करके बैल आइकन जरूर दबा दिओ जी। मिलांगे अगली वीडियो दे विच, तद तक लई जी बाय।